ਸਾਡੇ ਕੋਲ ਜਿੰਨੇ ਵੀ ਯੰਗਸਟਰ ਆਉਂਦੇ ਹਨ ਉਹਦੀ ਪਹਿਲੀ ਪ੍ਰੋਬਲਮ ਹੁੰਦੀ ਹੈ ਕਿ ਜਿਵੇਂ ਉਹਨੂੰ ਨਾਈਟ ਫਾਲ ਹੁੰਦਾ ਜੀ ਸਵਪਨ ਦੋਸ਼ ਹੁੰਦਾ ਹੈ ਔਰ 80% ਮਰੀਜ਼ ਜਿਹੜੇ ਮੇਰੇ ਕੋਲ ਆਉਂਦੇ ਹਨ ਉਹ ਆਲਰੇਡੀ ਇਹਦੀਆਂ ਦਵਾਈਆਂ ਖਾਂਦੇ ਹੁੰਦੇ ਹਨ ਮੈਂ ਮਰੀਜ਼ ਨੂੰ ਆ ਕੇ ਇੱਕੋ ਗੱਲ ਹੀ ਕਹਿੰਦਾ ਜਿਹੜੀ ਚੀਜ਼ ਨੋਰਮਲ ਹੈ ਉਹਦੀ ਦਵਾਈ ਕਿਉਂ ਖਾਣੀ ਹੈ ਨਾਈਟ ਫਾਲ ਕੋਈ ਵੀ ਬਿਮਾਰੀ ਨਹੀਂ ਹੈ ਇੱਕ ਨੋਰਮਲ ਚੀਜ਼ ਹੈ ਹਰ ਮਰਦ 'ਚ ਹੁੰਦੀ ਹੈ ਵਿਆਹ ਤੋਂ ਆਪਣੇ ਆਪ ਠੀਕ ਹੋ ਜਾਂਦੀ ਹੈ ਇਹਦੀ ਦਵਾਈ ਨਾ ਖਾਓ ਇਹ ਹੁੰਦਾ ਕਿਉਂ ਹੈ ਸਾਡੇ ਟੈਸਟ ਰਿਸਪੋਂਸ ਬਣਾ ਰਹੀਆਂ ਹਨ ਉਹ ਸਾਈਕਲ 'ਚ ਜਾ ਕੇ ਇਕੱਠੇ ਹੋ ਰਹੇ ਹਨ ਜਦੋਂ ਫੁੱਲ ਹੋ ਜਾਂਦੇ ਹਨ ਉਹ ਸਾਡੇ ਸੁਪਨੇ 'ਚ ਕੋਈ ਨਾ ਕੋਈ ਅਸੀਂ ਅਰੋਟਿਕ ਸੁਪਨਾ ਦੇਖਦੇ ਹਾਂ ਅਡਲਟ ਸੁਪਨਾ ਦੇਖਦੇ ਹਾਂ ਅਤੇ ਉਹ ਡਿਸਚਾਰਜ ਹੋ ਜਾਂਦਾ ਹੈ ਇਹ ਇੱਕ ਉਹੀ ਸਿਸਟਮ ਹੈ ਜਿੱਦਾਂ ਇੱਕ ਪ੍ਰੈਸ਼ਰ ਕੁੱਕਰ ਹੈ ਜਦੋਂ ਜੇ ਸਟੀਮ ਵੱਧ ਗਈ ਉਹਨੇ ਸੀਟੀ ਵੱਜਦੀ ਸਟੀਮ ਦੀ ਜੇ ਨਾ ਵੱਜਦੇ ਕੁੱਕਰ ਫਟ ਜਾਂਦਾ ਹੈ ਸੋ ਇਸੇ ਤਰੀਕੇ ਨਾਲ ਹੀ ਨਾਈਟ ਫਾਲ ਇੱਕ ਬੰਦੇ ਦੇ ਇਕੱਠੇ ਹੋਏ ਸਪੋਮਸ ਨੂੰ ਰਿਲੀਜ਼ ਕਰਨ ਦਾ ਤਰੀਕਾ ਹੈ ਉਹਨੂੰ ਰਿਲੀਜ਼ ਹੋ ਲੈਂਦੇ ਹੋ ਇਹਦੇ ਨਾਲ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ ਹੈ ਆਮ ਤੌਰ 'ਤੇ ਬਹੁਤ ਪੁਰਾਣੇ ਲੋਕ ਇਹ ਕਹਿੰਦੇ ਨੇ ਆ ਕੇ ਜੀ ਇੱਕ ਤੁਪਕਾ ਵੀਰਜ ਦਾ 100 ਰੁਪਏ ਖੂਨ ਤੋਂ ਬਣਦਾ ਹੈ ਇਹ ਗੱਲ ਬਿਲਕੁਲ ਗਲਤ ਹੈ ਵੀਰਜ ਦੇ ਡਿਸਚਾਰਜ ਹੋਣ ਨਾਲ ਹੈਂਡ ਪ੍ਰੈਕਟਿਸ ਨਾਲ ਜਾਂ ਸਵਪਨ ਦੋਸ਼ ਨਾਲ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ ਹੈ ਤੁਸੀਂ ਇਹਦਾ ਇਲਾਜ ਕਰਾਉਣ ਦੀ ਕੋਸ਼ਿਸ਼ ਬਿਲਕੁਲ ਵੀ ਨਾ ਕਰੋ